ਅੱਜ ਸਨਿਚਰਵਾਰ ਨੂੰ ਬਹੁਤ ਗੇਮਾਂ ਨੇ। ਸੋ ਆ ਇਹ ਸ਼ੁਰੂ ਦੇ ਵਿੱਚ ਹੀ ਇੰਨੀਆਂ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਇੱਥੇ ਕੋਲਟਨ ਓਵਰ ਦੇਖੋ ਕਿੰਨਾ ਖੁਸ਼ ਹੈ, ਹੱਸ ਰਹੇ ਨੇ। ਰੈਂਡੀ ਕਾਰਲਾਇਲ ਵੀ ਹੱਸ ਰਿਹਾ ਅਤੇ ਡੇਵ ਬੋਲਨ ਵੀ। ਸੋ ਇੱਥੋਂ ਪਤਾ ਲੱਗਦਾ ਟੀਮ ਖੁੱਲ੍ਹੇ ਸੁਭਾਅ ਨਾਲ ਖੇਡ ਰਹੀ ਹੈ ਅਤੇ ਮਨੋਬਲ ਵੀ ਤਕੜਾ ਲੱਗ ਰਿਹਾ। ਜੋ ਪਿਛਲੇ ਸਾਲਾਂ 'ਚ ਨਹੀਂ ਸੀਗਾ, ਪਿਛਲੇ ਸਾਲ ਥੋੜ੍ਹਾ ਬਹੁਤਾ ਸੀਗਾ, ਪਰ ਉਸ ਤੋਂ ਪਹਿਲਾਂ ਬਹੁਤ ਹੀ ਘੱਟ ਇਹ ਦ੍ਰਿਸ਼ ਨੂੰ ਘੱਟ ਮਿਲਦਾ ਸੀਗਾ, ਕਿਉਂਕਿ ਉਹ ਬੋਝ ਸੀਗਾ ਵੀ ਪਲੇਆਫ ਦੇ ਵਿੱਚ ਨਹੀਂ ਕਦੇ ਪਹੁੰਚੇ। ਅਤੇ ਹੁਣ ਆ ਰਿਹਾ ਹੈ ਮੇਸਨ ਰੇਮੰਡ ਕ੍ਰੈਗ ਐਂਡਰਸਨ ਦੇ ਵਿਰੁੱਧ। ਮੁਰੇ ਕਹਿੰਦਾ ਵੀ ਇਹ ਕਰ ਸਕਦੇ ਇਸ ਤਰ੍ਹਾਂ, ਬਿਲਕੁਲ ਕਰ ਸਕਦੇ। ਸ਼ੂਟ ਆਊਟ ਵਿੱਚ ਤੁਸੀਂ ਆਏ, ਮੇਸਨ ਰੇਮੰਡ ਬਹੁਤ ਹੀ ਤੇਜ਼ ਰਫਤਾਰ ਨਾਲ ਜਾ ਕੇ ਐਂਡਰਸਨ ਦੇ ਮੂਹਰੇ ਹੀ ਰੁਕ ਕੇ ਕਹਿੰਦਾ ਯਾਰ ਤੂੰ ਚੱਲੀ ਜਾ, ਮੈਂ ਵਾਪਸ ਮੁੜ ਕੇ ਗੋਲ ਕਰ ਦੇਣਾ। ਗੇੜੀ ਮਾਰੀ ਅਤੇ ਗੋਲ ਕੀਤਾ 1-0 ਟੋਰਾਂਟੋ। ਸੋ 3 ਪੁਆਇੰਟ ਕੀਤੇ ਅੱਜ ਦੀ ਗੇਮ ਦੇ ਵਿੱਚ ਰੇਮੰਡ ਨੇ, ਅਤੇ ਹੁਣ ਇੱਥੇ ਸ਼ੂਟ ਆਊਟ ਦਾ ਵੀ ਗੋਲ, ਅਤੇ ਵੈਨਕੂਵਰ ਕਨਕਸ ਦੇ ਪ੍ਰੇਮੀ ਫਿਰ ਪਛਤਾਵੇ ਦੇ ਵਿੱਚ ਹੋਣਗੇ। ਉਧਰੋਂ ਖੜਾ ਹੋ ਗਿਆ ਆਟੋਆ ਦਾ GM ਅਤੇ ਪਾਲ ਮਕਲੇਨ ਨੇ ਇੱਥੇ ਉਹ ਕੋਸ਼ਿਸ਼ ਤਾਂ ਕਰ, ਭਾਵੇਂ ਜੇ ਆਟੋਆ ਦੇ ਕਿਸੇ ਖਿਡਾਰੀ ਨੇ ਤਾਂ ਗੋਲ ਕਰ ਲਿਆ ਹੁੰਦਾ ਤਾਂ ਇਹਨਾਂ ਨੇ ਨਹੀਂ ਸੀ ਕੁਛ ਕਹਿਣਾ, ਪਰ ਇਹ ਕੋਚ ਦੀ ਜ਼ਿੰਮੇਵਾਰੀ ਹੈ ਵੀ ਕੋਸ਼ਿਸ਼ ਤਾਂ ਕਰੋ ਵੀ ਸ਼ਾਇਦ ਰੈਫਰੀ ਸਾਹਿਬਾਨ ਕਿਸੇ ਨਾ ਕਿਸੇ ਦਿਨ ਸ਼ਾਇਦ ਮੰਨ ਹੀ ਜਾਣ। ਪਰ ਇੱਥੇ ਆਟੋਆ ਦੀ ਇੱਕ ਖਿਡਾਰੀ ਹੁੰਦਾ ਸੀ ਜਿਹਨੇ ਬੜਾ ਜ਼ਬਰਦਸਤ ਗੋਲ ਬਣਾਇਆ ਸੀ। ਇੱਥੇ ਗੋਲ ਹੈ ਜਾਂ ਨਹੀਂ, ਅਤੇ ਰੈਫਰੀ ਕਹਿੰਦੇ ਨਹੀਂ। ਮਿਲਾਨ ਮਖੌਲ ਕੇ ਸਰੀਏ ਦੇ ਵਿੱਚ ਵੱਜਿਆ, ਆਪਾਂ ਰੀਪਲੇ 'ਤੇ ਦੁਬਾਰਾ ਚੰਗੀ ਤਰ੍ਹਾਂ ਦੇਖਦੇ ਹਾਂ। ਅਤੇ ਮਿਲਾਨ ਮਖੌਲਕ ਆ ਰਿਹਾ ਸੀ, ਉਹ ਨਹੀਂ ਚਲੀ, ਪੱਕ ਨਹੀਂ ਗਈ ਨੈੱਟ ਦੇ ਵਿੱਚ, ਅਤੇ ਕਿੰਨਾ ਨੇੜੇ ਆ ਗਿਆ। ਸੋ ਸਰੀਏ ਨੇ ਬਚਾ ਲਿਆ ਬਰਨੀਏ ਨੂੰ ਇੱਥੇ ਜੀ, ਅਤੇ ਬਰਨੀਏ ਨੂੰ ਤਾਂ ਪੱਕ ਉਹਦੇ ਪਾਰ ਚਲੀ ਗਈ ਸੀਗੀ, ਪਰ ਗੋਲ ਨਹੀਂ ਹੋਇਆ। ਅਤੇ ਆ ਗਿਆ ਬੋਜ਼ੈਕ, ਸ਼ੂਟ ਆਊਟ ਦੇ ਵਿੱਚ। ਸੋ ਆਟੋਆ ਨੂੰ ਹੁਣ ਕਰਨਾ ਹੀ ਪਵੇਗਾ ਗੋਲ। ਅਤੇ ਇੱਥੇ ਪਿਛਲੇ ਸਾਲ ਸੀਗਾ ਡੈਗਸਟੀਨੀ ਜਿਹਨੇ ਬਹੁਤ ਹੀ ਨਿਰਾਲਾ, ਭਾਵੇਂ ਗੋਲ ਨਹੀਂ ਸੀ ਬਣਾਇਆ, ਪਰ ਉਹ ਆਪਣੀ ਹਾਕੀ ਨੂੰ ਪੱਕ ਦੇ ਉੱਤੇ ਰੱਖ ਰੱਖ ਕੇ ਘੜੀਸ ਕੇ ਲੈ ਕੇ ਆ ਰਿਹਾ ਸੀਗਾ। ਕੈਸਪਰ ਡੌਗਵਿਨਸ ਹੋਣਾ ਸ਼ਾਇਦ, ਹਾਂ ਡੈਗਸਟੀਨੀ ਅਤੇ ਡੌਗਵਿਨਸ ਨੇੜੇ ਹੀ ਨਾ ਲੱਗਦੇ ਕਾਰਨ ਮੁਕਾਬਲਾ ਜੋ ਟੋਰਾਂਟੋ ਵਾਸਤੇ ਤੀਜਾ ਲਗਾਤਾਰ ਮੁਕਾਬਲਾ। ਸੋ ਈਸਟਰਨ ਕਾਨਫਰੰਸ ਦੀ ਇਸ ਵੇਲੇ ਸਭ ਤੋਂ ਤਕੜੀ ਟੀਮ ਟੋਰਾਂਟੋ ਮੇਪਲ ਲੀਫਸ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੰਦਰਪ੍ਰੀਤ ਸਿੰਘ ਕਮੋ ਦਾ, ਜਿਨ੍ਹਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ। ਪਹਿਲੀ ਗੇਮ ਜੋ ਆਟਵਾ ਟੋਰਾਂਟੋ ਦੀ ਹੋਈ ਬੜੀ ਹੀ ਜ਼ਬਰਦਸਤ, ਅਤੇ ਟੋਰਾਂਟੋ ਨੇ ਜਿੱਤ ਪ੍ਰਾਪਤ ਕੀਤੀ 5-4। ਅਤੇ ਉੱਧਰੋਂ ਮੁਕਾਬਲਾ ਸ਼ੁਰੂ ਹੈ ਜੀ ਵੈਨਕੂਵਰ ਅਤੇ ਐਡਮਿੰਟਨ ਦਾ। ਸੋ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲਾ ਮੁਕਾਬਲਾ ਦੇਖਿਆ, ਅਤੇ ਹੁਣ ਦੂਜਾ ਮੁਕਾਬਲਾ ਬਸ ਸ਼ੁਰੂ ਕਰਦੇ ਹਾਂ। ਸਵਾਗਤ ਕਰਦੇ ਹਾਂ ਭੋਲਾ ਸਿੰਘ ਜੀ ਚੌਹਾਨ ਹੋਣਾ ਦਾ, ਜੋ ਕਿ ਅੱਜ ਹੁਣ